ਅਮਰੀਕਾ ਵਿੱਚ ਕੋਵਿਡ-19 ਮਹਾਮਾਰੀ ਤੋਂ ਬਾਅਦ ਵਿਦਿਆਰਥੀਆਂ ਦੇ ਕਲਾਸ ਵਿੱਚ ਵਾਪਸ ਆਉਣ ਤੋਂ ਬਾਅਦ ਸਕੂਲਾਂ ਵਿੱਚ ਹਿੰਸਾ ਵਧਦੀ ਜਾ ਰਹੀ ਹੈ। ਵਾਸ਼ਿੰਗਟਨ ਪੋਸਟ ਦੀ ਵੀਰਵਾਰ ਦੀ ਰਿਪੋਰਟ ਦੇ ਮਤਾਬਕ ਅਮਰੀਕਾ ਵਿੱਚ 2017 ਤੱਕ ਸਾਲ ਹਰ ਸਾਲ ਔਸਤਨ 11 ਸਕੂਲੀ ਗੋਲੀਬਾਰੀ ਦੀਆਂ ਘਟਨਾਵਾਂ ਵਾਪਰੀਆਂ। ਸਾਲ 2018 ਤੋਂ ਹਿੰਸਕ ਘਟਨਾਵਾਂ ਵਧੜੀਆਂ ਸ਼ੁਰੂ ਹੋਈਆਂ। 1999 ਦੇ ਮੁਕਾਬਲੇ ਦੇ ਵਿੱਚ 2022 ਵਿੱਚ ਕਿਸੇ ਵੀ ਸਾਲ ਵਿੱਚ ਸਭ ਤੋਂ ਵੱਧ 46 ਘਟਨਾਵਾਂ ਹੋਈਆਂ।